नमस्ते जी, ਤੁਹਾਡਾ ਸਾਡੀ ਦੂਲਾ ਫੈਮਿਲੀ ਚ। ਤੇ ਜੀ ਹੁਣ ਸਵੇਰ ਦਾ ਟਾਈਮ ਆ, ਮੈਂ ਰੋਟੀ ਪਾਣੀ ਬਣਾ ਲਿਆ ਤੇ ਟਿਫਨ 'ਚ ਵੀ ਪੈਕ ਕਰ ਦਿੱਤਾ। ਤਾਂ ਮਨਵੀਰ ਦੇ ਪਾਪਾ ਕੰਮ 'ਤੇ ਚੱਲੇ ਆ ਤੇ ਅਰਮਾਨ ਖੇਡਦਾ ਆ। ਤੁਸੀਂ ਕੀ ਲੱਭਦੇ ਆ? ਟੀ ਸ਼ਰਟ ਲੱਭਦੇ ਆ, ਰੰਗ ਵਾਲੀ ਟੀ ਸ਼ਰਟ। ਤੁਸੀਂ ਕਿੱਥੇ ਖੋਲੀ ਸੀ? ਅੰਦਰ ਹੋਣੀ ਆ, ਅਰਮਾਨ ਮਗਰੇ ਮਗਰੇ ਚੱਲਾ ਆ। ਮੰਮੀ ਹੁਣੀ ਜਾਣਾ ਅੱਜ ਮੇਲੇ 'ਤੇ, ਮੇਲਾ ਦੇਖਣ ਬਣ ਜਾਣਾ ਆ ਬਾਬਾ ਹਸਨ ਦਾਸ ਜੀ ਦੇ। ਅਤੇ ਮੇਰੇ ਤੋਂ ਨਹੀਂ ਅੱਜ ਜਾ ਹੋਣਾ ਕਿਉਂਕਿ ਮੰਮੀ ਹੁਣੀ ਜਾਣਾ ਆ। ਅਤੇ ਮਨਵੀਰ ਆਇਆ ਆ ਥੱਲੇ, ਮਨਵੀਰ ਆਇਆ ਥੱਲੇ। ਹੁਣ ਮਨਵੀਰ ਕੀ ਕਹਿੰਦਾ? ਕਹਿੰਦਾ ਪਾਪਾ ਕਹਿੰਦਾ ਆ ਮੈਂ ਗੱਡੀ ਬੜੀ ਲੈ ਕੇ ਦੇ ਦੇਣੀ ਆ। ਅੱਛਾ। ਹਾਂ ਪਾਪਾ, ਮੈਂ ਪੈਸੇ ਕਿੰਨੇ ਦਿੱਤੇ ਆ? ਕਹਿੰਦਾ ਹਜੇ ਦਿੱਤੇ ਨਹੀਂ ਹੈਗੇ ਪੈਸੇ, ਗੱਡੀ ਲੈਣੀ ਆ। ਮੈਂ ਕਿਹਾ ਮੇਰੇ 'ਤੇ ਬੁਖਾਰ ਚੜਿਆ ਆ, ਤੁਸੀਂ ਨਾ ਜਾਇਓ, ਫਿਰ ਚੱਲ ਦੇਖ ਲਓ ਬੇਟਾ। ਵੱਡੀ ਟ੍ਰੇਨ ਲਿਆ ਕੇ ਦੇ ਵੀ ਮੰਮੀ। ਅੱਛਾ ਕਹਿੰਦਾ, ਅੱਛਾ ਇੱਦਾਂ ਕਹਿੰਦਾ ਆ। ਮੰਮੀ ਕੋਲ ਤਾਂ ਪੈਸੇ ਹੈ ਨਹੀਂ ਗੇ, ਪਾਪੇ ਤੋਂ ਲਵੋ। ਮਨਵੀਰ ਕੀ ਲੈਣਾ ਆ? ਮਨਵੀਰ ਕੀ ਲੈਣਾ ਆ? ਉੱਠ ਉੱਠ ਕੇ ਦੱਸ ਉਰੇ ਆ ਕੇ, ਬੁਖਾਰ ਉਤਰ ਗਿਆ ਤੇਰਾ? ਫਿਰ ਲੈ ਕੇ ਦੇਣਾ, ਲੈ ਕੇ ਦੇ ਦੇਣੀ ਆ। ਉੱਠ ਉੱਠ ਕੇ ਆ ਕੇ ਦੱਸ, ਫਿਰ ਤਾਂ ਮਾਂ ਨੂੰ ਲੈ ਦੇਣੀ ਆ। ਉਰੇ 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 ਮਾਨ ਕਹਿੰਦਾ ਮੈਨੂੰ ਥੱਲੇ ਲਾ, ਮੈਂ ਦੱਸਣਾ। ਅੱਛਾ ਉਹ ਕਹਿੰਦਾ ਉਲਟੀਆਂ ਲੱਗੀਆਂ, ਬੁਖਾਰ ਚੜਿਆ ਆ। ਨਹੀਂ ਫਰਕ ਹੁਣ ਤਾਂ ਕਿਹੜੀ ਗੱਡੀ ਕਹਿੰਦਾ ਸੀ? ਮੱਥਾ ਟੇਕਣ ਜਾਣਾ ਆ, ਮੱਥਾ ਟੇਕ ਕੇ ਘਰ ਨੂੰ ਮੁੜ ਜਾਣਾ। ਮੇਲਾ ਬਹੁਤਾ ਥੋੜਾ ਦੇਖਣਾ, ਨਾ ਦੇ ਹੁੰਦਾ ਹੀ ਆ, ਫਿਰ ਤਾਂ ਠੀਕ ਨੀ ਹੈ। ਮਾਨ ਕਿੱਥੇ? ਮਾਨ ਕਹਿੰਦਾ ਮੈਨੂੰ ਥੱਲੇ ਲਾਓ, ਉਹ ਪੌੜੀ ਚੜਿਆ। ਅੱਛਾ ਆ ਜਾ, ਅਰਮਾਨ ਥੱਲੇ ਨੂੰ ਆ ਜਾ, ਪੌੜੀ ਨੂੰ ਅੜਿਆ। ਉਹ ਕਹਿੰਦਾ ਵੀ ਇਹ ਕਹਿਣ ਚਲਾ, ਮੈਂ ਵੀ ਕਹਿ ਕੇ ਆਉਣਾ। ਜਾ ਅਰਮਾਨ ਨੂੰ ਲੈ ਕੇ ਆ, ਉੱਥੇ ਨਾ ਰੋਣ ਲੱਗ ਪਵੇ।